O diani de redine. ਜਿਉਂ ਬੁਲਾਵ ਹੈ ਤਿਉਂ ਬੋਲੇ ਸੁਆਮੀ ਤੁਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਹੱਥ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਹੱਥ ਪਿਆਰੀ ਸਤਿਗੁਰੂ ਜੀ ਦੇ ਚਰਨਾਂ ਦਾ ਸ਼ਿਸ਼ੋ ਸਤਿਗੁਰੂ ਜੀ ਦੀ ਪਦ ਸਨਮਾਨ ਸਾਧ ਸੰਗੋ ਆਓ ਗੁਰੂ ਪਿਤਾ ਦੇ ਚਰਨਾਂ ਵਿੱਚ ਫਤਿਹ ਲਾ ਕੇ ਸਾਰੇ ਗੁਰੂ ਕੇ ਸਪਵਿੱਤ ਦਰਬਾਰ ਨੂੰ ਸਾਡੇ ਲਈ ਬੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਸੰਗ ਲੰਮੇ ਸਮੇਂ ਤੋਂ ਬੈਠ ਕੇ ਆਪ ਜੀ ਸਤਿਗੁਰੂ ਦਾ ਜਸ ਸਰਵਣ ਕਰ ਰਹੇ ਹੋ ਭਾਈ ਪਿਆਰ ਸਿੰਘ ਹੁਣੇ ਆਪਣੇ ਵਿੱਚ ਬੈਠੇ ਹਨ ਸਾਨੂੰ ਬੜਾ ਮਾਣ ਹੈ ਕਿ ਹਿੰਦੁਸਤਾਨ ਦੀ ਸਰਕਾਰ ਨੇ ਜੋ ਜ਼ੁਲਮ ਕੀਤਾ ਪਾਪ ਕੀਤਾ ਦਰਬਾਰ ਸਾਹਿਬ ਦੇ ਉੱਤੇ ਉਸ ਦੇ ਚਸ਼ਮ ਦੀ ਆਪਣੀਆਂ ਅੱਖਾਂ ਨਾਲ ਉਸ ਦਰਦ ਨੂੰ ਦੇਖਣ ਵਾਲੇ ਸਾਡੇ ਕੋਲ ਬੈਠੇ ਇਹ ਬਹੁਤ ਵੱਡੀ ਗਵਾਹੀ ਹੈ ਧਰਤੀ ਦੇ ਉੱਤੇ ਕਿ ਜੋ ਜ਼ੁਲਮ ਹੋਇਆ ਹੈ ਕਿੰਨਾ ਕੁ ਜ਼ੁਲਮ ਹੋਇਆ ਕਿੰਨਾ ਕੁ ਪਾਪ ਕੀਤਾ ਸਰਕਾਰ ਨੇ ਇਹ ਗੁਰਮੁਖ ਗਵਾਹ ਬੈਠਾ ਅਤੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਉਹ ਮਹਾਂਪੁਰਖ ਹਨ ਧਰਤੀ ਦੇ ਉੱਤੇ ਜਿਹੜੇ ਸਦੀਆਂ ਬਾਅਦ ਆਉਂਦੇ ਨੇ ਸਦੀਆਂ ਬਾਅਦ ਆਉਂਦੇ ਨੇ ਅਤੇ ਅੱਜ ਇਹ ਮੁਹਾਵਰਾ ਬਣਿਆ ਹੋਇਆ ਹੈ ਕਿ ਸੰਤ ਤਾਂ ਆਪਣੇ ਨਾਂ ਨੂੰ ਹਰ ਕੋਈ ਲਾ ਲੈਂਦਾ ਹੈ ਪਰ ਜ਼ੁਲਮ ਅੱਗੇ ਅੜ ਖਲੋਣਾ ਇਹ ਤੀਰਬਾਜ਼ ਬਾਬੇ ਦੇ ਹਿੱਸੇ ਹੀ ਆਏ ਮੈਨੂੰ ਪਟਿਆਲੇ ਦੀ ਘਟਨਾ ਜਾ ਕੇ ਮੇਰੇ ਭਰਾ ਨੇ ਦੱਸੀ ਸੀ ਕਹਿੰਦੇ ਕਿਸੇ ਰਿਕਸ਼ੇ ਵਾਲੇ ਦੇ ਥੱਪੜ ਮਾਰੇ ਪੁਲਿਸ ਵਾਲੇ ਉਹ ਕਹਿੰਦਾ ਸਰਦਾਰ ਜੀ ਕਹਿੰਦਾ ਮੇਰੇ ਥੱਪੜ ਮਾਰਨ ਦਾ ਕੋਈ ਫਰਕ ਨਹੀਂ ਪੈਂਦਾ ਕਹਿੰਦਾ ਜਿਹੜਾ ਭਿੰਡੀ ਵਾਲੇ ਨੂੰ ਕਹਿ ਕੇ ਦਿਖਾ ਕੁਛ ਗੱਲ ਇੰਨੀ ਕੁ ਹੈ ਵੀ ਉਹ ਮਹਾਂਪੁਰਖ ਪੰਜਾਬ ਦੇ ਗਰੀਬ ਤੋਂ ਗਰੀਬ ਆਦਮੀ ਦੇ ਵੀ ਢਿੱਡ ਦੇ ਵਿੱਚ ਦਿਲ ਦੇ ਵਿੱਚ ਵਸਦਾ ਸੀ ਕਿ ਜਿਹੜਾ ਜ਼ੁਲਮ ਹੁੰਦਾ ਜ਼ੁਲਮ ਨੂੰ ਰੋਕਣ ਵਾਲਾ ਉਹ ਸਾਧੂ ਹੁੰਦਾ ਇੰਨਾ ਸਤਿਕਾਰ ਇੰਨਾ ਮਾਣ ਉਸ ਮਹਾਂਪੁਰਖ ਨੂੰ ਪ੍ਰਾਪਤ ਹੋਇਆ ਸਰਕਾਰ ਨੇ ਜ਼ੋਰ ਲਾ ਲਿਆ ਸਰਕਾਰ ਨੇ ਕਿ ਉਹ ਲੋਕਾਂ ਦੇ ਦਿਲਾਂ ਵਿੱਚੋਂ ਨਿਕਲ ਜਾਵੇ ਪਰ ਜਿੰਨਾ ਸਰਕਾਰ ਦਿਲਾਂ ਵਿੱਚੋਂ ਕੱਢਦੀ ਹੈ ਉਹਨਾਂ ਫੋਟੋਆਂ ਦੇ ਰੂਪ ਦੇ ਵਿੱਚ ਆਹ ਨੌਜਵਾਨ ਜਿਹੜੇ ਬੈਠੇ ਨੇ ਜਿਹਨਾਂ ਨੇ ਦੇਖੇ ਨਹੀਂ ਜਿਹਦੇ 84 ਤੋਂ ਬਾਅਦ ਦੇ ਜਨਮੇ ਨੇ ਨਾ ਉਹ ਵੀ ਉਹਦੀਆਂ ਫੋਟੋਆਂ ਆਪਣੇ ਘਰਾਂ ਦੇ ਵਿੱਚ ਲਾਈ ਬੈਠੇ ਪਿੱਛੇ ਜੇ ਮੈਂ ਯੂਨੀਵਰਸਿਟੀ ਮਾਸਟਰ ਦੇ ਵਿੱਚ ਜਾ ਕੇ ਆਇਆ ਉੱਥੇ ਬੱਚੀ ਨੇ ਕੈਂਪਸ ਦੇ ਵਿੱਚ ਜਿਹੜਾ ਹੋਟਲ ਜਿਹੜਾ ਹੋਸਟਲ ਹੈ ਉਹਦੇ ਵਿੱਚ ਸੰਤ ਜਰਨੈਲ ਸਿੰਘ ਦੀ ਫੋਟੋ ਲਾਈ ਜਿਹੜੀ ਬੱਚੀ ਉਹਨਾਂ ਤੋਂ 15 ਸਾਲ ਬਾਅਦ ਜਨਮੀ ਉਹ ਉਹਨਾਂ ਲੋਕਾਂ ਦੇ ਬੱਚਿਆਂ ਦੇ ਹਿਰਦੇ ਅੰਦਰ ਯੂਨੀਵਰਸਿਟੀਆਂ 'ਚ ਪੜ੍ਹਦਿਆਂ ਦੇ ਹਿਰਦੇ ਦੇ ਅੰਦਰ ਸੰਤ ਜਰਨੈਲ ਸਿੰਘ ਦਾ ਇੰਨਾ ਸਤਿਕਾਰ ਹੈ ਸੋ ਜਿਹਨੂੰ ਆਪਾਂ ਕਹਿੰਦੇ ਨਾ ਵੀ ਆਈਕੋਨ ਹੈ ਜਿਹੜਾ ਰੈਵੋਲੂਸ਼ਨ ਦਾ ਆਈਕੋਨ ਹੈ ਜਿਹੜਾ ਉਹ ਇਸ ਸਦੀ ਦੇ ਵਿੱਚ ਉਹ ਗੁਰਮੁਖ ਪਿਆਰਾ ਹੈ ਸੋ ਉਹਨਾਂ ਦੀ ਸੰਗਤ ਇਹਨਾਂ ਨੇ ਕੀਤੀ ਹੈ ਮਾਣ ਹੈ ਆਪਾਂ ਨੂੰ ਕਿ ਇਹ ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਹੁਣ ਭਾਈ ਮੈਨੂੰ ਪਤਾ ਨਹੀਂ ਵੀ ਇਹ ਗੱਲ ਰਿਕਾਰਡ ਹੋਈ ਹੈ ਕਿ ਨਹੀਂ ਵੀ ਜੋ ਕੁਛ ਇਹਨਾਂ ਨੇ ਭਾਈ ਮੁਖਤਿਆਰ ਸਿੰਘ ਉਹਨਾਂ ਨੇ ਦੇਖਿਆ ਨਾ ਇਹ ਵੀਡੀਓ ਦੇ ਵਿੱਚ ਰਿਕਾਰਡ ਹੋਣਾ ਚਾਹੀਦਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੇ ਇਹ ਇੱਕ ਇਤਿਹਾਸ ਦਾ ਪੰਨਾ ਬਣ ਜਾਵੇ ਜੋ ਉਸ ਸਮੇਂ ਹੋਇਆ ਜੋ ਉਸ ਸੂਰਮੇ ਨੇ ਜੋ ਕਰਮ ਕੀਤਾ ਉਸ ਸਮੇਂ ਜਦੋਂ ਜ਼ੁਲਮ ਸਰਕਾਰ ਨੇ ਕੀਤਾ ਜੋ ਕੁਛ ਹੋਇਆ ਇਹਨਾਂ ਨੇ ਅੱਖਾਂ ਨਾਲ ਦੇਖਿਆ ਇਹ ਵੀਡੀਓ ਬਣ ਕੇ ਰਿਕਾਰਡ ਹੋ ਜਾਵੇ ਤਾਂ ਕਿ ਸਾਡੀ ਲਾਇਬ੍ਰੇਰੀ ਦੇ ਵਿੱਚ ਇਹ ਸਮਝੀ ਜਾ ਸਕੇ ਬਹੁਤ ਵੱਡੀ ਇਹ ਗਵਾਹੀ ਹੈ ਧਰਤੀ ਦੇ ਉੱਤੇ ਸੋ ਆਓ ਆਪਾਂ ਗੁਰੂ ਇਤਿਹਾਸ ਹੈ ਜਿਹੜਾ ਸਰਵਣ ਕਰਦੇ ਜਿਸ ਇਤਿਹਾਸ ਦੇ ਦੁਆਲੇ ਸਾਰਾ ਜੀਵਨ ਸਾਡਾ ਘੁੰਮਦਾ ਹੈ ਜਿੰਨੀਆਂ ਸ਼ਹੀਦੀਆਂ ਹੁੰਦੀਆਂ ਹਨ ਜਿੰਨਾ ਜੀਵਨ ਦੇ ਵਿੱਚੋਂ ਆਪਾਂ ਦਾਨ ਪ੍ਰਾਪਤ ਕਰਦੇ ਹਾਂ ਉਹ ਸਾਰਾ ਗੁਰੂ ਇਤਿਹਾਸ ਦੇ ਦੁਆਲੇ ਘੁੰਮਦਾ ਹੈ ਗੁਰੂ ਬਾਣੀ ਹੈ ਜਿਹੜੀ ਸਤਿਗੁਰੂ ਦੀ ਉਚਾਰਨ ਕੀਤੀ ਹੋਈ ਬਾਣੀ ਆਪਾਂ ਸਰਵਣ ਕਰਦੇ ਹਾਂ ਬਾਣੀ ਦਾ ਜਿਹੜਾ ਦੂਜਾ ਸਰੂਪ ਹੈ ਸਰਗਣ ਸਰੂਪ ਉਹ ਗੁਰੂ ਇਤਿਹਾਸ ਹੈ ਉਹ ਗੁਰੂ ਇਤਿਹਾਸ ਦੇ ਦੁਆਲੇ ਜੀਵਨ ਘੁੰਮਦਾ ਹੈ
ਪਿੱਛੇ ਆਪਾਂ ਸਤਿਗੁਰੂ ਦੀ ਉਪਸਥਿਤੀ ਦੇ ਵਿੱਚ ਜੋ ਮੰਗਲ ਉਚਾਰਨ ਕੀਤੇ ਜਿਹੜੇ ਔਖੇ ਹਨ ਉਹ ਮਹਾਂਕਵੀ ਸੰਤੋਖ ਸਿੰਘ ਜੀ ਨੇ ਲਿਖੇ ਹਨ। ਹਰੇਕ ਅਧਿਆਇ ਸ਼ੁਰੂ ਕਰਨ ਤੋਂ ਪਹਿਲਾਂ ਉਹ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਹਨ, ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਤਾਂ ਕਿ ਇਹ ਜਿਹੜਾ ਕਰਮ ਹੈ ਇਹ ਨਿਰਵਿਘਨ ਸੰਪੂਰਨ ਹੋ ਜਾਵੇ। ਸੋ ਇਸ ਕਰਮ ਦੇ ਵਿੱਚ ਦਸਾਂ ਗੁਰੂ ਸਾਹਿਬਾਨਾਂ ਦਾ ਮੰਗਲ ਕਰਦੇ ਹਨ। ਹੁਣ ਗੁਰੂ ਦਸਮ ਪਾਤਸ਼ਾਹ ਜੀ ਦੀ ਕਥਾ ਹੈ ਜਿਹੜੀ ਬੜੀ ਵਿਚਿੱਤਰ ਬੜੀ ਪਰਉਪਕਾਰੀ ਕਥਾ ਸ਼ੁਰੂ ਹੋਣ ਲੱਗੀ ਹੈ, ਉਸ ਤੋਂ ਪਹਿਲਾਂ ਉਹ ਮੰਗਲ ਗਾਉਂਦੇ ਹਨ। ਸੋ ਉਸ ਮੰਗਲ ਦੇ ਵਿੱਚ ਜਿੱਥੇ ਦਸਾਂ ਗੁਰੂ ਸਾਹਿਬਾਨਾਂ ਦੇ ਅੱਗੇ ਅਰਦਾਸ ਕਰਦੇ ਹਨ ਉੱਥੇ ਸਿੱਖ ਸੰਗਤ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ। ਪਿਛਲੀ ਵਾਰੀ ਮੈਂ ਆਪ ਜੀ ਨੂੰ ਯਾਦ ਕਰਾਇਆ ਸੀ ਕਿ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਮਹਾਂਕਵੀ ਨੇ ਜਿਹੜੇ ਉਹ ਉਹਨਾਂ ਗੁਰਸਿੱਖਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਜਿਹੜੇ ਗੁਰੂ ਵਾਲੇ ਹਨ, ਜਿਹੜੇ ਸਿਮਰਨ ਕਰਦੇ ਹਨ, ਜਿਹੜੇ ਜਪ ਕਰਦੇ ਹਨ, ਜਿਹੜੇ ਸੇਵਾ ਕਰਦੇ ਹਨ, ਉਹਨਾਂ ਦੇ ਚਰਨਾਂ 'ਚ ਅਰਦਾਸ ਕਰਦੇ ਹਨ। ਕਿਉਂਕਿ ਜਿਹੜੇ ਅਧਿਆਤਮਿਕ ਬੰਦੇ ਹਨ ਉਹ ਇਹ ਦੱਸਦੇ ਹਨ ਕਿ ਇਹਨਾਂ ਗੁਰਮੁਖਾਂ ਦੀ ਚਰਨਾਂ ਵਿੱਚ ਅਰਦਾਸ ਕੀਤਿਆਂ ਬੰਦੇ ਨੂੰ ਸ਼ੁਭ ਗੁਣ ਪ੍ਰਾਪਤ ਹੁੰਦੇ ਹਨ। ਜਿਹੜੇ ਬੰਦੇ ਮਨਮੁਖ ਨੇ, ਮਰ ਚੁੱਕੇ ਨੇ ਜਾਂ ਔਗਣਾਂ ਨਾਲ ਭਰੇ ਹੋਏ ਨੇ, ਜੇ ਉਹਨਾਂ ਨੂੰ ਯਾਦ ਕਰੀਏ ਉਹਨਾਂ ਦੇ ਔਗਣ ਸਾਡੀ ਆਤਮਾ ਬੜੀ ਛੇਤੀ ਗ੍ਰਹਿਣ ਕਰ ਲੈਂਦੀ। ਇਸ ਕਰਕੇ ਸਿਮਰਨ ਵਾਲੇ ਬੰਦਿਆਂ ਨੂੰ ਯਾਦ ਕਰਨਾ, ਸਿਮਰਨ ਵਾਲੀ ਸਾਧ ਸੰਗਤ ਵਿੱਚ ਬੈਠਣਾ ਇਹ ਮਨੁੱਖ ਨੂੰ ਵੱਡਾ ਦਾਨ ਪ੍ਰਾਪਤ ਹੁੰਦਾ। ਫਿਰ ਮੈਂ ਮਿਲੇ ਸੋ ਅੱਗੇ ਦਇਆ ਕਰਦੇ ਹਨ, ਗੁਰਸਿੱਖ ਸਿੰਘ ਸਗਲ ਜਗ ਵਿਆਪਤ ਕਰ ਇਸ਼ਨਾਨ ਗੁਰੂ ਨਿਤ ਜਾਪਤ। ਜਿਹੜੇ ਸਾਰੇ ਸੰਸਾਰ ਦੇ ਵਿੱਚ ਗੁਰੂ ਕੇ ਸਿੱਖ ਨਾਮ ਜਪਣ ਵਾਲੇ ਨੇ, ਸਾਰੇ ਜਗ ਦੇ ਵਿੱਚ ਫਿਰਦੇ ਹਨ, ਕਰ ਇਸ਼ਨਾਨ ਗੁਰੂ ਨਿਤ ਜਾਪਤ, ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਸਤਿਗੁਰੂ ਦੇ ਨਾਮ ਦਾ ਜਾਪ ਜਪਦੇ ਹਨ। ਤਿੰਨ ਸਵਨ ਕੇ ਚਰਨ ਮਨਾਹੂੰ ਪੂਰਨ ਹੋਏ ਗ੍ਰੰਥ ਵਰਪਾ। ਉਹਨਾਂ ਸਾਰਿਆਂ ਦੇ ਚਰਨਾਂ 'ਤੇ ਮੈਂ ਮੱਥਾ ਟੇਕਦਾ ਹਾਂ ਤਾਂ ਕਿ ਗੁਰੂ ਪਾਤਸ਼ਾਹ ਦਾ ਜਿਹੜਾ ਜਸ ਲਿਖਣ ਲੱਗਿਆ ਹਾਂ ਇਹ ਪੂਰਨ ਹੋ ਜਾਵੇ। ਇਹ ਅਰਦਾਸ ਕਰਦੇ ਹਰ ਸਿੱਖ ਹੈ ਜਿਹੜਾ ਕੋਈ ਵੀ ਕੰਮ ਕਰਨ ਲੱਗਿਆ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ, ਇਸੇ ਕਰਕੇ ਵੀ ਇਹ ਕੰਮ ਨਿਰਵਿਘਨ ਸੰਪੂਰਨ ਹੋ ਜਾਵੇ। ਅੱਗੋਂ ਦਇਆ ਕਰਦੇ ਨੇ, ਗੁਰੂ ਸਰੂਪ ਖਾਲਸਾ ਸਾਰੋ ਹਦੈ ਸ਼ਦਰ ਕਰ ਜੰਗ ਅਖਾਰੋ ਨਿਸਦਿਨ ਸਿਮਰੈ ਸਤਿਗੁਰ ਨਾਮੋ ਤਿੰਨ ਸਵਨ ਕੇ ਚਰਨ ਪੜਨਾ। ਸੋ ਕਹਿੰਦੇ ਨੇ ਗੁਰੂ ਸਰੂਪ ਖਾਲਸਾ ਸਾਰੋ, ਜਿਹੜੇ ਖਾਲਸਾ ਸਰੂਪ ਗੁਰੂ ਦਾ ਖਾਸ ਸਰੂਪ ਬਣ ਗਏ ਹਨ ਅੰਮ੍ਰਿਤ ਛੱਕ ਕੇ, ਹਦੈ ਸ਼ਤਰੂ ਕਰ ਜੰਗ ਅਖਾਰੋ ਜੰਗ ਦਾ ਅਖਾਰਾ ਕਰਕੇ ਸੰਸਾਰ ਦੇ ਵਿੱਚ ਸ਼ਤਰੂਆਂ ਦਾ ਨਾਸ਼ ਕਰਦੇ ਹਨ। ਨਿਸਦਿਨ ਸਿਮਰੈ ਸਤਿਗੁਰ ਨਾਮੋ, ਜਿਹੜੇ ਸਦਾ ਦਿਨ ਅਰ ਰਾਤ ਵਾਹਿਗੁਰੂ ਦਾ ਨਾਮ ਜਪਦੇ ਹਨ, ਯਾਦ ਦੇ ਵਿੱਚ ਬਹਿੰਦੇ ਹਨ, ਤਿੰਨ ਸਭਨ ਕੇ ਚਰਨ ਪੜਨਾ, ਉਹਨਾਂ ਸਾਰਿਆਂ ਦੇ ਚਰਨਾਂ ਵਿੱਚ ਮੈਂ ਪ੍ਰਣਾਮ ਕਰਦਾ। ਸੋ ਅੱਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਵਿੱਚ ਜੁੜਦੇ, ਸਾਰੇ ਸਿੰਘਾਂ ਦੇ ਸੰਗਤ ਰੂਪ ਵਿੱਚ ਅਰਦਾਸ ਹੈ। ਹੁਣ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਹਨ। ਬ੍ਰਹਮ ਗਿਆਨ ਹਰ ਭਗਤ ਖਜ਼ਾਨਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਨਮਸਕਾਰ ਕਰਦੇ ਹੋਏ ਫਰਮਾਉਂਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਬ੍ਰਹਮ ਗਿਆਨ ਦਾ ਸਮੁੰਦਰ ਹੈ। ਸ਼ਬਦ ਸੂਰ ਜੁਗ ਚਾਰੇ ਔਧੂ ਬਾਣੀ ਬ੍ਰਹਮ ਵਿਚਾਰ, ਸ਼ਬਦ ਜਿਹੜਾ ਹੈ ਉਹ ਸੂਰਜ ਦੀ ਤਰ੍ਹਾਂ ਚਾਰੇ ਯੁੱਗਾਂ ਦੇ ਵਿੱਚ ਵਿਆਪਕ ਹੈ, ਸੂਰਜ ਦੀ ਤਰ੍ਹਾਂ ਚਮਕਦਾ ਹੈ। ਸੋ ਬ੍ਰਹਮ ਗਿਆਨ ਦਾ ਖਜ਼ਾਨਾ ਹੈ, ਜਿਹੜਾ ਸ਼ਬਦ ਦੇ ਨਾਲ ਜੁੜਿਆ ਉਹਨੂੰ ਇਸ ਧਰਤੀ ਦੇ ਉੱਤੇ ਵੀ ਸੁੱਖ ਪ੍ਰਾਪਤ, ਅਗਲੇ ਲੋਕ ਦੇ ਵਿੱਚ ਵੀ ਸੁੱਖ ਪ੍ਰਾਪਤ। ਸ਼ਬਦ ਹੈ ਜਿਹੜਾ ਇਹ ਸਤਿਗੁਰੂ ਦੀ ਕਰਨੀ ਦਾ ਸਾਰ ਹੈ, ਜਿਹੜੀ ਕਰਨੀ ਹੈ ਨਾ, ਸਤਿਗੁਰੂ ਨੇ ਕਰਮ ਕੀਤੇ ਹਨ, ਸ਼ੁਭ ਕਰਮ ਕੀਤੇ ਹਨ, ਉਹ ਸਾਰ ਰੂਪ ਦੇ ਵਿੱਚ, ਸਤਿਗੁਰੂ ਸਰੀਰ ਨਹੀਂ ਸਨ, ਸਤਿਗੁਰੂ ਸ਼ਬਦ ਰੂਪ ਸਨ। ਸੋ ਉਸ ਕਰਨੀ ਦਾ ਸਾਰ ਹੈ ਜਿਹੜਾ ਉਹ ਸ਼ਬਦ ਹੈ। ਸ਼ਬਦ ਦਾ ਇੱਕ ਸਿਰਾ ਧਰਤੀ ਨਾਲ ਜੁੜਿਆ ਹੋਇਆ, ਦੂਜਾ ਸਿਰਾ ਹੈ ਜਿਹੜਾ ਉਹ ਅਕਾਲ ਪੁਰਖ ਨਾਲ ਜੁੜਿਆ ਹੋਇਆ। ਜਿਹੜਾ ਸ਼ਬਦ ਨੂੰ ਨਮਸਕਾਰ ਕਰਦਾ ਹੈ, ਬਾਣੀ ਦਾ ਪਾਠ ਕਰਦਾ ਹੈ, ਉਹ ਇਸ ਧਰਤੀ ਦੇ ਸਾਰੇ ਜਿਹੜੇ ਲੋਕ ਹਨ, ਜੇ ਪਿਆਰ ਨਾਲ ਕਰਦਾ ਹੈ, ਯਾਦ ਕਰਦਾ ਹੈ, ਸਿਰ ਦੇ ਅੰਦਰ ਵਸਾਉਂਦਾ ਹੈ, ਸਾਰੀ ਧਰਤੀ ਦੀ ਸੁਧੋ ਸੁਧ ਪ੍ਰਾਪਤ ਹੁੰਦੀ ਹੈ। ਅਤੇ ਸ਼ਬਦ ਨੂੰ ਯਾਦ ਕਰਨ ਕਰਕੇ, ਸ਼ਬਦ ਦਾ ਸਿਮਰਨ ਕਰਨ ਕਰਕੇ ਪ੍ਰਲੋਕ ਅਗਲਾ ਲੋਕ ਹੈ ਜਿਹੜਾ ਉਹਦਾ, ਉਹ ਵੀ ਸੁਖੀ ਹੋ ਜਾਂਦਾ। ਸੋ ਗੁਰੂ ਕੀ ਬਾਣੀ ਨੂੰ ਨਮਸਕਾਰ ਕਰਨ ਨਾਲ, ਜਪਣ ਨਾਲ, ਸਿਮਰਨ ਕਰਨ ਨਾਲ ਆਹ ਲੋਕ ਵੀ ਸੁਖੀ, ਪ੍ਰਲੋਕ ਵੀ ਸੁਖੀ, ਕਿਉਂਕਿ ਸ਼ਬਦ ਹੈ ਜਿਹੜਾ ਇਹਦਾ ਦੋਵਾਂ ਥਾਂ 'ਤੇ ਆਸਰਾ ਹੈ। ਬ੍ਰਹਮ ਗਿਆਨ ਹਰ ਭਗਤ ਖਜ਼ਾਨਾ, ਸਾਗਰ ਜਗਤ ਜਹਾਜ਼ ਸਮਾਨਾ। ਜਗਤ ਦੇ ਵਿੱਚ ਇਹ ਜਹਾਜ਼ ਦੀ ਤਰ੍ਹਾਂ ਹੈ,
ਜੋ ਨਾਮ ਸਿਮਰਨ ਦੇ ਜਹਾਜ਼ ਉੱਪਰ ਚੜ੍ਹ ਗਿਆ ਇਹ ਭਵ ਸਾਗਰ ਮੋਹ ਦਾ ਜਿਹੜਾ ਸਮੁੰਦਰ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੀ ਅਗਨੀ ਬਣਦੀ ਹੈ ਇਹਨਾਂ ਸਾਰਿਆਂ ਨੂੰ ਪਾਰ ਕਰਨ ਦੇ ਸਮਰੱਥ ਹੈ ਸੰਗਤ ਆਪਣੀ ਸਰਲ ਉਦਾਹਰਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਹਜ਼ੂਰੀ ਦੇ ਵਿੱਚ ਜਿੰਨੀ ਸੰਗਤ ਆ ਗਈ ਉਹਨੂੰ ਸਾਰੀ ਨੂੰ ਉਦਾਹਰਣ ਦੇ ਸਮਰੱਥ ਸਦਗੁਰੂ ਨੇ ਗੁਰੂ ਗ੍ਰੰਥ ਗੁਰੂ ਕੀ ਉਚਾਰਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਰਸਨਾ ਤੋਂ ਬਾਣੀ ਦਾ ਉਚਾਰਨ ਕੀਤਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਂਦਾਨ ਸੰਸਾਰ ਨੂੰ ਦਿੱਤਾ ਹੈ ਥਾਲ ਵਿੱਚ ਤਿੰਨ ਵਸਤੂ ਕੋਈ ਉਹ ਸਤ ਸੰਤੋਖ ਵਿਚਾਰ ਗੁਣਾਂ ਦਾ ਸਮੁੰਦਰ ਦਾ ਦਾਨ ਕੀਤਾ ਹੈ ਸੋ ਜਿਹੜਾ ਨਮਸਕਾਰ ਕਰਦਾ ਗੁਣਾਂ ਨੂੰ ਜਿਵੇਂ ਸਤਸੰਗ ਬਾਗ ਵਿੱਚ ਚਲੇ ਜਾਈਏ ਤਾਂ ਬਿਨਾਂ ਮੰਗੇ ਖੁਸ਼ਬੋ ਮਿਲ ਜਾਂਦੀ ਹੈ ਜਿੱਥੇ ਰੋਸ਼ਨੀ ਹੋਵੇ ਉੱਥੇ ਬਿਨਾਂ ਮੰਗੇ ਰੋਸ਼ਨੀ ਮਿਲ ਜਾਂਦੀ ਹੈ ਪਹਾੜਾਂ 'ਤੇ ਚਲੇ ਜਾਈਏ ਉੱਥੇ ਬਰਫ਼ ਪੈਂਦੀ ਹੈ ਬਿਨਾਂ ਮੰਗੇ ਠੰਡ ਮਿਲ ਜਾਂਦੀ ਹੈ ਜਿਹੜਾ ਸਿੱਖ ਕਰਤਾਰ ਸਰੂਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਆ ਗਿਆ ਉਹਨੂੰ ਬਿਨਾਂ ਮੰਗਿਓ ਗੁਣ ਬਿਨਾਂ ਮੰਗਿਓ ਸੁੱਖ ਬਿਨਾਂ ਮੰਗੇ ਗੁਣਾਂ ਦਾ ਦਾਨ ਬਿਨਾਂ ਮੰਗਿਓ ਸਿਮਰਨ ਬਿਨਾਂ ਮੰਗਿਓ ਸੇਵਾ ਦਾ ਦਾਨ ਉਹਨੂੰ ਪ੍ਰਾਪਤ ਹੋ ਜਾਂਦਾ ਸਤਿਗੁਰੂ ਨੂੰ ਨਮਸਕਾਰ ਕਰਨ ਦਾ ਇਹ ਫਲ ਹਰ ਗੁਰਸਿੱਖ ਨੂੰ ਪ੍ਰਾਪਤ ਹੁੰਦਾ ਹੈ ਗੁਰੂ ਗ੍ਰੰਥ ਗੁਰ ਕੀ ਉਚਾਰਨ ਜਿਸ ਮੈਂ ਜਾਹਰ ਜਾਗਤ ਜੋਤ ਸਿੱਖਿਅਨ ਅਵਮਤ ਪੂਰਨ ਹੋ ਜਾਹਰ ਪ੍ਰਗਟ ਜੋਤ ਹੈ ਜਿਹੜੀ ਪਰਮੇਸ਼ੁਰ ਦੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਖਿੜਕੀ ਕਿਹਾ ਗਿਆ ਹੈ ਪਰਮੇਸ਼ੁਰ ਦੀ ਪਰਮੇਸ਼ੁਰ ਜਿਹੜਾ ਖਿੜਕੀ ਖੋਲ੍ਹ ਕੇ ਝਰੋਖੇ ਦੇ ਵਿੱਚੋਂ ਸੰਸਾਰ ਨੂੰ ਸ਼ਬਦ ਰਾਹੀਂ ਦਰਸ਼ਨ ਦਿੰਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਾਹੀਂ ਦਰਸ਼ਨ ਬਖਸ਼ਿਸ਼ ਕਰਦਾ ਹੈ ਸਿੱਖਿਆ ਨੇ ਅਭਿਮਤ ਪੂਰਨ ਹੋਤ ਸਿੱਖਿਆ ਜਿੰਨੇ ਸਿੱਖ ਹਨ ਜਿਹੜੇ ਉਹਨਾਂ ਸਾਰਿਆਂ ਦੀਆਂ ਇੱਛਾਵਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਉਣ ਨਾਲ ਪੂਰੀਆਂ ਹੁੰਦੀਆਂ ਹਨ ਭੁਗਤ ਮੁਕਤ ਦਾਇਕ ਜਗਨਾਥਾ ਜਗ ਦਾ ਨਾਥ ਜਗ ਦਾ ਮਾਲਕ ਭੁਗਤ ਜਿੰਨੇ ਪਦਾਰਥ ਅਸੀਂ ਆਸ ਕਰਦੇ ਹਾਂ ਬਾਣੀ ਦੇ ਵਿੱਚ ਜ਼ਿਕਰ ਆਇਆ ਹੈ ਸਤਿਗੁਰੂ ਜੀ ਨੇ ਦਇਆ ਕੀਤੇ ਭੱਟਾਂ ਰਾਹੀਂ ਗੁਰ ਸੇਵਾ ਕੇਅੰਗ ਨਾ ਲੱਭੇ ਇਸ ਸੰਸਾਰ ਦੇ ਲੋਕੋ ਦੱਸੋ ਗੁਰੂ ਕੀ ਬਾਣੀ ਗੁਰੂ ਕੀ ਸੇਵਾ ਕੀਤਿਆਂ ਕਿਹੜੀ ਚੀਜ਼ ਹੈ ਜਿਹੜੀ ਧਰਤੀ ਦੇ ਉੱਤੋਂ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਹਰੇਕ ਚੀਜ਼ ਹੈ ਜਿਹੜੀ ਉਹ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਧਰਤੀ ਹੈ ਜਿਹੜੀ ਉਹ ਜੋ ਜੇ ਬੀਜ ਪਾਈਏ ਧਰਤੀ ਉਹ ਫਲ ਦਿੰਦੀ ਹੈ ਪਰ ਸਿੱਖ ਹੈ ਜਿਹੜਾ ਜੇ ਮਨ ਦੇ ਵਿੱਚ ਚਿਤਵ ਵੀ ਲਵੇ ਨਾ ਚਿਤਵਨ ਕਰਕੇ ਵੀ ਉਹਨੂੰ ਫਲ ਪ੍ਰਾਪਤ ਹੋ ਜਾਂਦਾ ਧਰਤੀ ਵਿੱਚ ਬੀਜ ਪਾਈਏ ਤਾਂ ਉੱਗਦਾ ਹੈ ਪਰ ਸਿੱਖ ਜੇ ਮਨ ਦੇ ਵਿੱਚ ਚਿਤਵਨ ਹੀ ਕਰ ਲੈਂਦੇ ਨਾ ਵੀ ਸਤਿਗੁਰੂ ਮੈਨੂੰ ਆਹ ਫਲ ਪ੍ਰਾਪਤ ਹੋ ਜਾਵੇ ਕਿ ਸਤਿਗੁਰੂ ਐਡਾ ਦਾਨੀ ਹੈ ਐਡਾ ਦਇਆ ਦਾ ਸਮੁੰਦਰ ਹੈ ਸਿੱਖ ਦੀਆਂ ਚਿਤਵਨ ਕੀਤੀਆਂ ਹੋਈਆਂ ਇੱਛਾਵਾਂ ਉਹ ਵੀ ਪੂਰੀ ਕਰ ਦਿੰਦਾ ਸੋ ਭੁਗਤ ਮੁਕਤ ਦਾਇਕ ਜਗਨਾਥਾ ਭੁਗਤ ਪਦਾਰਥ ਦੇਣ ਵਾਲਾ ਮੁਕਤੀ ਪਦਾਰਥਾਂ ਦੇ ਵਿੱਚ ਰਹਿੰਦਿਆਂ ਹੋਇਆਂ ਨਲੇਪ ਦੇਹ ਮੁਕਤੀ ਦਾ ਦਾਨ ਪਾਪਾਂ ਤੋਂ ਮੁਕਤ ਕਰਕੇ ਇਹ ਦਾਨ ਗੁਰੂ ਕੇ ਸਿੱਖ ਨੂੰ ਸਤਿਗੁਰੂ ਬਖਸ਼ਦੇ ਹਨ ਨਵੋਂ ਕਰੋ ਧਰ ਪਰ ਧਰਮਾਥਾ ਮੈਂ ਧਰਤੀ ਉੱਤੇ ਵਾਰ ਵਾਰ ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਜਿਹੜੇ ਮੈਨੂੰ ਇਹ ਫਲਦਾਨ ਕਰਨ ਵਾਲੇ ਹਨ ਲੱਖਾਂ ਲਿਖੇ ਧਰਾਤਲ ਸਾਰੇ ਲੱਖਾਂ ਧਰਤੀ ਤੇ ਲੱਖਾਂ ਪਤਾਲ ਕਹੇ ਗਏ ਹਨ ਪੜ੍ਹਿਆ ਸੁਣਿਆ ਸਿੱਖ ਵਾਰ ਨਾ ਪਾਰੇ ਸਿੱਖ ਪੜ੍ਹਦੇ ਹਨ ਸੁਣਦੇ ਹਨ ਕੋਈ ਅੰਤ ਨਹੀਂ ਹੈ ਇਹਨਾਂ ਖੰਡਾਂ ਬ੍ਰਹਿਮੰਡਾਂ ਦਾ ਸਕਲ ਕਾਮਨਾ ਲਹੀਅਤ ਜਿਸਤੇ ਅੰਤ ਸਮੇਂ ਕੇਵਲ ਹੋਏ ਦਿਸਦੇ ਕੇਵਲ ਕਹਿੰਦੇ ਨੇ ਉਹ ਮੁਕਤੀ ਜਿਹਦੇ ਨਾਲ ਮੁੜ ਕੇ ਇਸ ਧਰਤੀ ਦੇ ਉੱਤੇ ਆਉਣਾ ਹੀ ਪੈਂਦਾ ਜਨਮ ਮਰਨ ਖਤਮ ਹੋ ਜਾਂਦਾ ਹੈ ਸੋ ਸਤਿਗੁਰੂ ਦਇਆ ਕਰਦੇ ਹਨ ਸਾਰੀਆਂ ਕਾਮਨਾ ਸਤਿਗੁਰੂ ਤੋਂ ਪ੍ਰਾਪਤ ਹੁੰਦੀਆਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਸਾਰੀਆਂ ਕਾਮਨਾ ਸਤਿਗੁਰੂ ਦੇ ਚਰਨਾਂ ਤੋਂ ਪ੍ਰਾਪਤ ਹੁੰਦੀਆਂ ਹਨ ਅੰਤ ਸਮੇਂ ਕੇਵਲ ਹੋਏ ਦਿਸਦੇ ਅਖੀਰ ਵੇਲੇ ਜਿਹੜਾ ਸਿੱਖ ਚਾਰ ਨਾਲ ਲੜ ਲੱਗਿਆ ਰਹੇ ਨਾ ਉਹਨੂੰ ਸਾਰੀਆਂ ਕਾਮਨਾ ਉਹਦੀ ਉਹਨੂੰ ਸਾਰੀਆਂ ਮੁਕਤੀਆਂ ਦੀ ਸ਼੍ਰੋਮਣੀ ਕੇਵਲ ਮੁਕਤੀ ਪ੍ਰਾਪਤ ਹੁੰਦੀ ਹੈ ਦੇਹ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਮੁਕਤ ਹੋ ਜਾਂਦਾ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੰਗਲ ਹੈ ਅੱਗੇ ਕਹਿੰਦੇ ਹਨ ਭੂਤ ਗੁਰ ਵੇਖਿਆ ਸਿੱਖ ਨਹਿ ਗਿਣਤੀ ਤਬ ਅਬ ਸਭਨ ਅਗਰ ਮਨ ਬਿਣਤੀ ਜਿੰਨੇ ਭੂਤ ਦੇ ਵਿੱਚ ਪਿੱਛੇ ਹੋਏ ਨੇ ਜਿੰਨੇ ਭਵਿੱਖ ਅੱਗੋਂ ਹੋਣਗੇ ਗੁਰੂ ਕੇ ਸਿੱਖ ਜਿਹਨਾਂ ਦੀ ਕੋਈ ਗਿਣਤੀ ਮਿਣਤੀ ਹੈ ਨਹੀਂ ਤੇ ਅਬ ਸਭਨ ਅਗਰ ਮਨ ਬਿਣਤੀ ਤੇਰਾ ਸਾਰਿਆਂ ਦੇ ਚਰਨਾਂ ਵਿੱਚ ਮੇਰੀ ਹੱਥ ਜੋੜ ਕੇ ਬੇਨਤੀ ਹੈ ਬਿਨਸੈ ਵਿਘਨ ਇਹ ਮੇਰੇ ਗੁਰੂ ਕੇ ਸਿੱਖੋ ਮੇਰੇ ਗ੍ਰੰਥ ਲਿਖਣ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗ੍ਰੰਥ ਉਹਨਾਂ ਦਾ ਜਸ਼ ਲਿਖਣ ਲੱਗਿਆ ਹਾਂ ਮੇਰੇ ਲਿਖਣ ਦੇ ਵਿੱਚ ਕੋਈ ਵਿਘਨ ਨਾ ਪਵੇ ਇਹ ਮੇਰੀ ਆਪ ਦੇ ਚਰਨਾਂ ਵਿੱਚ ਬੇਨਤੀ ਹੈ ਗ੍ਰੰਥ ਹੋਏ ਪੂਰਾ ਜਿਸ ਮੈਂ ਸਤਿਗੁਰ ਕੋ ਜਸ ਅਧੂਰਾ ਇਹ ਗ੍ਰੰਥ ਪੂਰਨ ਹੋ ਜਾਵੇ ਬੜੇ ਪਿਆਰ ਦੇ ਨਾਲ
ਇਹ ਗ੍ਰੰਥ ਦੇ ਵਿੱਚ ਗੁਰੂ ਕਾ ਜਸ ਲਿਖਿਆ ਹੋਇਆ ਹੈ। ਅੱਗੇ ਮੈਂ ਅੱਖਰਦਾਤਾ ਜਿਹੜੇ ਗੁਰੂ ਸਨ ਇਹਨਾਂ ਦੇ ਜਿਹਨਾਂ ਤੋਂ ਵਿਦਿਆ ਪ੍ਰਾਪਤ ਕੀਤੀ ਮਹਾਂ ਵਿਦਵਾਨ ਸਨ ਭਾਈ ਸੰਤ ਸਿੰਘ ਜੀ, ਸ਼੍ਰੀਮਾਨ ਸਿੰਘ ਸਾਹਿਬ ਸੰਤ ਸਿੰਘ ਜੀ ਜਿਹੜੇ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਸੇਵਾਦਾਰ ਸਨ। ਉਸ ਵੇਲੇ ਸੋਹਣੇ ਵੀ ਬਹੁਤ ਸਨ, ਵਿਦਵਾਨ ਏਡੇ ਸਨ, ਜਿਹਨਾਂ ਦੇ ਸ਼ਿਸ਼ ਨੇ ਇੰਨਾ ਸੁੰਦਰ ਗ੍ਰੰਥ ਰਚਿਆ ਹੈ ਉਹ ਕਿੱਡੇ ਵਿਦਵਾਨ ਹੋਣਗੇ ਉਹ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ। ਇੰਨੇ ਨਿਰਭੈ ਸਨ ਉਹ ਕਿ ਮਹਾਰਾਜਾ ਰਣਜੀਤ ਸਿੰਘ ਨੇ ਰਾਮਬਾਗ ਦੇ ਵਿੱਚ ਆ ਕੇ ਡੇਰਾ ਲਾਇਆ, ਦੋ ਵਾਰ ਸੁਨੇਹਾ ਭੇਜਿਆ ਕਿ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ। ਉਸ ਵੇਲੇ ਕਥਾ ਦਾ ਵੇਲਾ ਸੀ, ਜਿਹੜਾ ਸਿੰਘ ਆਇਆ ਉਹ ਭਾਈ ਸਮੀ ਨੇ ਕੋਲ ਉਠਾ ਲਿਆ, ਕਹਿੰਦੇ ਬਹਿ ਜਾ ਇੱਥੇ। ਜਦੋਂ ਦੁਬਾਰਾ ਸਿੰਘ ਭੇਜਿਆ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਉਸ ਵੇਲੇ ਉਹਨੂੰ ਵੀ ਕੋਲ ਉਠਾ ਲਿਆ ਸਭ ਨੇ ਅਤੇ ਕਥਾ ਕਰਦੇ ਰਹੇ। ਕਥਾ ਤੋਂ ਬਾਅਦ ਤੀਜਾ ਸਿੰਘ ਆਇਆ ਅਤੇ ਫਿਰ ਜਾ ਕੇ ਮਹਾਰਾਜਾ ਰਣਜੀਤ ਸਿੰਘ ਆਪ ਆ ਗਿਆ। ਕਹਿਣ ਲੱਗੇ ਮਹਾਰਾਜ ਮੈਂ ਬੇਨਤੀ ਕੀਤੀ ਸੀ ਤੁਸੀਂ ਪਹੁੰਚੇ ਨਹੀਂ। ਕਹਿੰਦੇ ਮਹਾਰਾਜ ਜੀ ਉਸ ਵੇਲੇ ਕਥਾ ਦਾ ਵੇਲਾ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੰਗਤ ਕਥਾ ਸੁਣਦੀ ਹੈ। ਇਹ ਕਰਕੇ ਕਹਿੰਦੇ ਵੇਲਾ ਅਸੀਂ ਟਾਲ ਨਹੀਂ ਸਕਦੇ, ਇਹ ਨਹੀਂ ਟਾਲ ਸਕਦੇ। ਅਤੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਆਪ ਮੂਹਰੇ ਹੋ ਕੇ ਲੈ ਕੇ ਆਏ, ਸਤਿਕਾਰ ਦਿੱਤਾ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਇੰਨਾ ਸਤਿਕਾਰ ਕੀਤਾ ਕਿ ਜੇ ਮੇਰੀ ਕੌਮ ਦੇ ਵਿੱਚ ਕਿੱਡੇ ਵੱਡੇ ਵਿਦਵਾਨ ਹਨ ਜਿਹੜੇ ਰਾਜ ਦਾ ਵੀ ਭੈ ਨਹੀਂ ਕਰਦੇ, ਰਾਜਾ ਮਹਾਰਾਜਿਆਂ ਦਾ ਵੀ ਭੈ ਨਹੀਂ ਕਰਦੇ, ਆਪਣੇ ਨਿਯਮ ਹਨ ਜ਼ਿੰਦਗੀ ਦੇ ਮਰਿਆਦਾ ਨੂੰ ਕਿਉਂ ਨਿਭਾਉਂਦੇ ਹਨ, ਅਤੇ ਸਿੱਖੀ ਨੂੰ ਕੌਣ ਢਾਲ ਆ ਸਕਦਾ ਹੈ। ਫਿਰ ਮਹਾਰਾਜਾ ਨੂੰ ਪਿੱਛੇ ਰੱਖਿਆ, ਆਪ ਅੱਗੇ ਹੋ ਕੇ ਤੁਰੇ ਜਦੋਂ ਦਰਬਾਰ ਸਾਹਿਬ ਦੇ ਅੰਦਰ ਤੁਰੇ। ਜਦੋਂ ਦਰਬਾਰ ਸਾਹਿਬ ਤੋਂ ਬਾਹਰ ਤੱਕ ਛੱਡਣ ਗਏ, ਦਰਬਾਰ ਸਾਹਿਬ ਦੀਆਂ ਪ੍ਰਕਰਮਾ ਨਿਕਲੇ ਬਾਹਰ ਘਾਟਾ ਘਰ ਤੋਂ ਅਤੇ ਘਾਟਾ ਘਰ ਵਾਲੇ ਪਾਸੇ ਪੌੜੀਆਂ ਤੋਂ ਬਾਹਰ ਗਏ। ਕਹਿੰਦੇ ਮਹਾਰਾਜਾ ਸਾਹਿਬ ਲਓ, ਕਹਿੰਦੇ ਹੁਣ ਤੁਹਾਡਾ ਰਾਜ ਸ਼ੁਰੂ ਹੋ ਗਿਆ, ਕਹਿੰਦੇ ਇੱਥੋਂ ਬਾਅਦ ਤੁਸੀਂ ਅੱਗੇ ਹੋ, ਅਸੀਂ ਤੁਹਾਡੇ ਪਿੱਛੇ ਚੱਲੇ। ਇੰਨਾ ਉੱਚਾ ਇੰਨਾ ਨਿਰਭੈ ਜੀਵਨ, ਲੋਕਾਂ ਦੀ ਸ਼ਰਧਾ ਇੰਨੀ ਸੀ ਕਿ ਇੱਕ ਸ਼ਾਹੂਕਾਰ ਦਾ ਪੁੱਤਰ ਚੜ੍ਹਾਈ ਕਰ ਗਿਆ। ਉਹ ਭਾਈ ਸਾਹਿਬ ਜੀ ਦੇ ਕੋਲ ਆਇਆ, ਗਿਆਨੀ ਸਿੰਘ ਸਾਹਿਬ, ਗਿਆਨੀ ਸੰਤ ਸਿੰਘ ਜੀ ਦੇ ਕੋਲ ਆ ਕੇ ਕਹਿਣ ਲੱਗਿਆ ਵੀ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਦੇ ਵਜ਼ੀਰ ਹੋ, ਸੇਵਾ ਕਰਦੇ ਹੋ, ਮੇਰਾ ਪੁੱਤਰ ਚੜ੍ਹਾਈ ਕਰ ਗਿਆ, ਲਾਸ਼ ਚੱਕ ਕੇ ਲਿਆ ਵੀ ਜਿਉਂਦਾ ਕਰਦੇ। ਗੁਰੂ ਘਰ ਸਿੱਖ ਸੀ, ਕਹਿਣ ਲੱਗੇ ਸ਼ਾਹ ਜੀ ਇੰਨੀ ਮੇਰੇ ਵਿੱਚ ਹਿੰਮਤ ਨਹੀਂ ਹੈ, ਜੀਵਨ ਦੇਣ ਵਾਲਾ ਅਤੇ ਲੈਣ ਵਾਲਾ ਗੁਰੂ ਆਪ ਹੈ, ਵਾਹਿਗੁਰੂ ਹੈ। ਹਾਂ ਮੈਂ ਉਹਦੇ ਦਰ 'ਤੇ ਅਰਦਾਸ ਕਰ ਸਕਦਾ ਹਾਂ ਵੀ ਤੈਨੂੰ ਪੁੱਤਰ ਹੋਰ ਦੇ, ਜਿਉਣ ਦੀ ਸਮਰੱਥਾ ਮੇਰੇ ਵਿੱਚ ਹੈ ਨਹੀਂ। ਕਹਿੰਦੇ ਜੀ ਅਰਦਾਸ ਕਰਦੇ, ਅਰਦਾਸ ਕੀਤੀ, ਅਗਲੇ ਸਾਲ ਸ਼ਾਹ ਦੇ ਘਰ ਕੋਲ ਪੁੱਤਰ ਆ। ਇਹੋ ਜਿਹਾ ਉਹਨਾਂ ਦਾ ਜੀਵਨ ਸੀ। ਸੋ ਉਹ ਇਹਨਾਂ ਦੇ ਅੱਖਰਦਾਤਾ ਸਨ, ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਮਹਾਂਕਵੀ ਸੰਤੋਖ ਸਿੰਘ ਜੀ ਨੇ ਇਹ ਵਿੱਦਿਆ ਪੜ੍ਹੀ। ਜਿੰਨੇ ਆਪਣੇ ਇਤਿਹਾਸਕ ਗੁਰਦੁਆਰੇ ਹਨ ਉਹਨਾਂ ਸਾਰਿਆਂ ਦੇ ਵਿੱਚ ਇਸ ਗ੍ਰੰਥ ਦੀ ਕਥਾ ਹੁੰਦੀ ਹੈ। ਜੇ ਆਪਾਂ ਇਹਨੂੰ ਕੱਢ ਲਈਏ ਨਾ ਸਿੱਖ ਇਤਿਹਾਸ ਦੇ ਵਿੱਚੋਂ ਤਾਂ ਆਪਣੇ ਕੋਲ ਗੁਰੂ ਜਸ ਸੁਣਨ ਦੇ ਲਈ ਗ੍ਰੰਥ ਨਹੀਂ ਮਿਲਿਆ ਜਾਂਦਾ। ਇਸ ਉਹਨਾਂ ਦੀ ਘਟਨਾ ਨੂੰ ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ ਨੇ ਇੰਨਾ ਸੁੰਦਰ ਬਣਾਇਆ ਹੈ। ਇਹ ਔਖੀ ਗ੍ਰੰਥ ਔਖਾ ਲਿਖਿਆ ਹੈ, ਪਰ ਉਹਨਾਂ ਨੇ ਇੰਨੀ ਕਿਰਪਾ ਕੀਤੀ ਕਿ ਟਿੱਪਣੀਆਂ ਦੇ ਕੇ ਇਹ ਸੌਖਾ ਬਣਾ ਦਿੱਤਾ। ਇੰਟਰਨੈੱਟ ਦੇ ਉੱਤੇ ਵੀ ਇਹ ਗ੍ਰੰਥ ਮਿਲਦਾ, ਜੇ ਤੁਸੀਂ ਥੋੜ੍ਹੀ ਜਿਹੀ ਮਿਹਨਤ ਕਰੋ ਤਾਂ ਤੁਸੀਂ ਸਾਰੇ ਇਤਿਹਾਸ ਨੂੰ ਘਰ ਬੈਠ ਕੇ ਪੜ੍ਹ ਸਕਦੇ ਹੋ, ਇੰਨਾ ਸੁੰਦਰ ਇਤਿਹਾਸ ਉਹਨੇ ਲਿਖਿਆ। ਸੋ ਕਹਿੰਦੇ ਨੇ ਸੰਤ ਸਿੰਘ ਅੱਖਰ, ਸੰਤ ਸਿੰਘ ਗੁਰ ਅੱਖਰਦਾਤਾ ਨਵੋਂ ਕੋਰੋਂ ਤਿੰਨ ਪਦ ਜਲ ਜਾਂਦਾ, ਉਹਨਾਂ ਦੇ ਚਰਨਾਂ 'ਤੇ ਮੈਂ ਚਰਨਾਂ ਕਮਲਾਂ 'ਤੇ ਜਲ ਜਾਂਦਾ, ਭਾਵ ਕਵ ਉਹਨਾਂ ਦੇ ਚਰਨਾਂ ਕਮਲਾਂ 'ਤੇ ਮੈਂ ਨਮਸਕਾਰ ਕਰਦਾ ਜਿਹਨਾਂ ਨੇ ਮੈਨੂੰ ਅੱਖਰਾਂ ਦਾ ਦਾਨ ਦਿੱਤਾ ਹੈ। ਦੇਵਾ ਸਿੰਘ ਪਿਤਾ ਮਮਨਾ, ਉਹਨਾਂ ਦੇ ਪਿਤਾ ਦਾ ਨਾਮ ਮਹਾਂਕਵੀ ਸੰਤੋਖ ਸਿੰਘ ਜੀ ਦੇ ਪਿਤਾ ਦਾ ਨਾਮ ਦੇਵਾ ਸਿੰਘ ਸੀ। ਸੋ ਆਪਣੇ ਅੱਖਰਦਾਤਾ ਹਨ, ਟੀਚਰ ਹਨ ਜਿਹੜੇ, ਉਹਨਾਂ ਦੇ ਚਰਨਾਂ 'ਤੇ ਨਮਸਕਾਰ, ਆਪਣੇ ਮਾਤਾ ਪਿਤਾ ਦਾ ਵੀ ਸਤਿਕਾਰ ਕਰਦੇ। ਮੈਂ ਆਪਣੇ ਪਿਤਾ ਨੂੰ ਵੀ ਨਮਸਕਾਰ ਕਰਦਾ ਹਾਂ ਜਿਹਨਾਂ ਕਰਕੇ ਮੈਨੂੰ ਜੀਵਨ ਦਾਨ ਪ੍ਰਾਪਤ ਹੋਇਆ। ਤਿਨਕੇ ਪਾਦਾ ਮੈਨੂੰ ਪ੍ਰਣਾਮ, ਉਹਨਾਂ ਦੇ ਚਰਨਾਂ 'ਤੇ ਵੀ ਮੈਂ ਪ੍ਰਣਾਮ ਕਰਦਾ। ਨਿਜ ਮਾਤਾ ਕੋ ਕਰ ਬੰਧਨ, ਮੈਂ ਆਪਣੀ ਮਾਤਾ ਦੇ ਚਰਨਾਂ ਕਮਲਾਂ ਨੂੰ ਵੀ ਬੰਧਨ ਕਰਦਾ, ਜਿਹਨਾਂ ਨੇ ਮੈਨੂੰ ਮੇਰੀ ਰੱਖਿਆ ਕੀਤੀ, ਛੋਟੇ ਜਿਹੇ ਤੋਂ ਮੈਨੂੰ ਪਾਲ ਕੇ ਐਡਾ ਵੱਡਾ ਕੀਤਾ। ਸੋ ਅੱਜ ਦਾ ਜਿਹੜਾ ਸਮਾਂ, ਅੱਜ ਦੇ ਸਮੇਂ ਵਿੱਚ ਮਾਤਾ ਪਿਤਾ ਦਾ ਸਤਿਕਾਰ ਆਪਾਂ ਕਰਨਾ ਭੁੱਲ ਗਏ, ਜਿਹਦੇ ਕਰਕੇ ਮੇਰੇ ਬਜ਼ੁਰਗ ਮੈਨੂੰ ਦੱਸਿਆ ਕਰਦੇ ਸਨ, ਦੱਸਦੇ ਨੇ ਹੁਣ ਵੀ, ਕਿ ਜਿਹੜਾ ਬੱਚਾ ਆਪਣੇ ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਦਾ ਇਹ ਤਾਂ ਵਿਆਜ ਹੈ, ਅੱਗੋਂ ਉਹਨਾਂ ਦੂਣਾ ਪਿਆਜ ਪਾ ਕੇ ਤੁਹਾਨੂੰ ਮਿਲ ਜਾਣ। ਅੱਗੋਂ ਤੁਹਾਡੇ ਬੱਚੇ ਦੇਖਦੇ ਨੇ, ਜੇ ਤੁਸੀਂ ਨਹੀਂ ਕਰਦੇ ਉਹਨਾਂ ਦਾ ਤਾਂ ਅੱਗੋਂ ਆਉਣ ਵਾਲੀ ਪੀੜ੍ਹੀ ਹੈ ਉਹ ਤੁਹਾਡਾ ਹੋ ਜਾ ਹਾਲ ਕਰੂਗੀ।
ਜਿਹਨਾਂ ਸਤਿਕਾਰ ਤੁਸੀਂ ਕਰ ਲੈਂਦੇ ਹੋ ਉਹਨਾਂ ਸਤਿਕਾਰ ਅੱਗੋਂ ਬਣ ਜਾਂਦਾ, ਇਹਦੇ ਬੀਜਣਾ ਜਾਇਜ ਬੀਜਾਂ ਕਿਹੋ ਜਿਹਾ ਵੱਢੀ ਜਾਵਾਂਗੇ। ਸੋ ਮਾਤਾ ਨੂੰ ਕਹਿੰਦੇ ਨਤਨ ਕੇ ਪਾਦਾ ਵਿਦ ਪ੍ਰਣਾਮ ਨੂੰ ਨਿਜ ਮਾਤਾ ਕੋ ਕਰ ਅਭਿਨੰਦਨ, ਕਥਾ ਕਥਾ ਕਥੋ ਕਥਾ ਕਾਲਕ ਕਲਫ ਨਿਕੰਦਨ, ਇਹੋ ਜਿਹੀ ਕਥਾ ਮੈਂ ਕਰਨ ਲੱਗੇ ਹਾਂ ਜਿਹੜੀ ਪਾਪਾਂ ਦਾ ਨਾਸ ਕਰੇਗੀ। ਸੁਣੀਆਂ ਗੱਲ ਸ਼ਰੋਤਾ ਸਵਧਾਨਾ, ਇਹ ਸ਼ਰੋਤਾ ਜਨ ਇਹ ਗੁਰੂ ਕੇ ਪਿਆਰੇ ਸਿੱਖੋ ਸਾਵਧਾਨ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਥਾ ਸਰਵਣ ਕਰਨੀ, ਇੱਕ ਮਨ ਹੋਏ ਧਰੋ ਨਿਜ ਕਾਨਾ, ਇੱਕ ਕੰਨ ਰੂਪ ਹੋ ਕੇ ਸਿਰਫ ਸਰਵਣ ਰੂਪ ਹੋ ਕੇ ਕਥਾ ਨੂੰ ਸਰਵਣ ਕਰਨਾ, ਫਿਰ ਦੇਖੇ ਇਹਦਾ ਮਨ ਪ੍ਰਾਪਤ ਕਿਵੇਂ ਹੋਵੇਗਾ। ਸੁਣੋ ਕਥਾ ਦਾ ਮਹਾਤਮ ਦੱਸ ਕੇ ਕਥਾ ਸ਼ੁਰੂ ਕਰਨਗੇ। ਮਹਿਮਾ ਕਹਿ ਲਗ ਕਹੋ ਕਹੇ ਸੁਣਾਵੋ, ਕਥਾ ਦੀ ਕਿੰਨੀ ਕੁ ਮਹਿਮਾ ਹੈ ਮੈਂ ਤੁਹਾਨੂੰ ਕਿੱਥੋਂ ਤੱਕ ਸੁਣਾਵਾਂ। ਗੁਰੂ ਕੀ ਕਥਾ ਸੁਣੀ, ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਸਾਹਿਬਾਨਾਂ ਦੀ ਕਥਾ ਸੁਣੀ, ਕਿੰਨੀ ਕੁ ਮਹਿਮਾ ਹੈ ਇਹਦੀ ਮੈਂ ਕਿੱਥੋਂ ਕੁ ਤੱਕ ਸੁਣਾਵਾਂ। ਗੁਰੂ ਜਸ ਜਿਸ ਮੈਂ ਰੁਚਰ ਬਣਾਵੋ, ਮੈਂ ਬੜੇ ਰੁਚੀ ਨਾਲ ਪਿਆਰ ਨਾਲ ਗੁਰੂ ਕਾ ਜਸ ਲਾਇਆ, ਕਿਉਂਕਿ ਕਵਿਤਾ ਹੈ ਜਿਹੜੀ ਹਰ ਇੱਕ ਨੂੰ ਵੀ ਉਤਰਦੀ। ਮਨੁੱਖ ਭਾਵੇਂ ਕੁਛ ਮਰਜ਼ੀ ਬਣ ਜਾਵੇ ਪਰ ਕਵੀ ਨਹੀਂ ਬਣ ਸਕਦਾ, ਕਵੀ ਗੁਰੂ ਦੀ ਕਿਰਪਾ ਨਾਲ ਬਣਦਾ ਹੈ। ਗੁਰ ਸ਼ਰਧਾ ਕੋ ਉਰ ਅਧਿਕਾਵਤ, ਇਹ ਜਿਹੜੀ ਕਥਾ ਹੈ ਮੈਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਜਿਹੜੇ ਸੁਣਨਗੇ ਉਹਨਾਂ ਦੇ ਅੰਦਰ ਗੁਰੂ ਇਤਿਹਾਸ ਖਾਤਰ ਗੁਰੂ ਸਾਹਿਬਾਨ ਖਾਤਰ ਬਹੁਤ ਸ਼ਰਧਾ ਵੱਧ ਜਾਵੇ, ਪਿਆਰ ਵੱਧ ਜਾਵੇਗਾ, ਜਿਸ ਦੇ ਭੋਗ ਮੁਕਤ ਸਿੱਖ ਪਾਵਤ। ਇਸ ਗੁਰ ਇਤਿਹਾਸ ਦੀ ਕਥਾ ਨੂੰ ਸੁਣਨ ਦੇ ਨਾਲ ਭੋਗ ਚਾਰੇ ਪਦਾਰਥ ਭੋਗਣ ਲਈ ਮਿਲਣਗੇ। ਮੁਕਤ ਮੁਕਤ ਹੈ ਜਿਹੜੀ ਗਿਆਨ ਪ੍ਰਾਪਤ ਹੁੰਦਾ ਹੈ, ਗਿਆਨ ਤੋਂ ਸਤਿਗੁਰੂ ਮੁਕਤੀ ਦਾ ਦਾਨ ਕਰਦੇ, ਜਾਣੀ ਸਰੀਰ ਦੇ ਅੰਦਰ ਰਹਿੰਦਿਆਂ ਹੋਇਆਂ ਮਨ ਹੈ ਜਿਹੜਾ ਪਾਪਾਂ ਤੋਂ ਮੁਕਤ ਹੋ ਜਾਂਦਾ, ਦੇਹ ਦੇ ਅੰਦਰ ਰਹਿੰਦਿਆਂ ਹੋਇਆਂ ਵਿਦੇਹੀ ਆਤਮਾ ਨੂੰ ਮਹਿਸੂਸ ਕਰ ਲੈਂਦਾ, ਦੇਹ ਮਹਿਸੂਸ ਹੀ ਨਹੀਂ ਹੁੰਦੀ ਹੈ, ਸਦਾ ਜੁੜਿਆ ਰਹਿੰਦਾ ਵਾਹਿਗੁਰੂ ਨਾਲ। ਸਕਲ ਕਾਮਨਾ ਦੇਵਨ ਹਾਰੀ, ਗੁਰ ਇਤਿਹਾਸ ਹੈ ਇਹ ਕਥਾ ਜਿਹੜੀ ਮਨੁੱਖ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਅਨੇਕ ਜਨਮ ਕੇ ਕਲਮਲ ਹਾਰੀ, ਅਨੇਕਾਂ ਜਨਮਾਂ ਦੇ ਜਿਹੜੇ ਪਾਪ ਹਨ ਉਹ ਮੁੱਕ ਜਾਣਗੇ, ਖਤਮ ਹੋ ਜਾਣਗੇ ਕਥਾ ਨੂੰ ਸੁਣਨ ਦੇ ਨਾਲ। ਸੁਣੇ ਗ੍ਰੰਥ ਸਭ ਹੋਏ ਗੁਣ ਗਿਆਤਾ, ਇਸ ਗ੍ਰੰਥ ਨੂੰ ਸੁਣਨ ਨਾਲ, ਕਿਉਂਕਿ ਇਹਦੇ ਵਿੱਚ ਕਵਿਤਾ ਹੈ, ਵੇਦਾਂ ਦੇ ਵੀ ਗਿਆਨੀ ਗਿਆਨਵਾਨ ਮਹਾਂਪੁਰਖ ਸਨ, ਗਿਆਨੀ ਮਹਾਂਕਵੀ ਸੰਤੋਖ ਸਿੰਘ ਜੀ, ਵੇਦਾਂ ਦੇ ਵੀ ਗਿਆਤਾ, ਸ਼ਸਤਰਾਂ ਦੇ ਵੀ ਗਿਆਤਾ, ਸਾਧੂਆਂ ਸੰਤਾਂ ਦੀ ਸੰਗਤ ਕਰਨ ਵਾਲੇ, ਰਾਜਿਆਂ ਮਹਾਰਾਜਿਆਂ ਦਾ ਸਤਿਕਾਰ ਪ੍ਰਾਪਤ ਕਰਨ ਵਾਲੇ ਜਗੀਰਦਾਰ ਸੰਤ ਆਪ ਜੀ, ਬੜੀ ਜਗੀਰਾਂ ਰਾਜਿਆਂ ਨੇ ਕਿਰਤਪਤੀ ਰਾਜ ਉਦੇ ਸਿੰਘ ਨੇ ਬਖਸ਼ਿਸ਼ ਕੀਤੀ ਸੀ। ਸੋ ਕਿਵੇਂ ਸੰਸਾਰ ਦੇ ਵਿੱਚ ਵਿਚਰਨਾ ਹੈ, ਇਹ ਸਾਰੇ ਗੁਣ ਨੇ ਜਿਹੜੇ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਣਗੇ ਜਿਹੜਾ ਕੰਨ ਲਾ ਕੇ ਧਿਆਨ ਦੇ ਨਾਲ ਕਥਾ ਨੂੰ ਸਰਵਣ ਕਰੇਗਾ। ਸੁਣਾ ਗ੍ਰੰਥ ਸਭ ਹੋਏ ਗੁਣ ਗਿਆਤਾ, ਸਭ ਚਰਿੱਤਰ ਲਖਾ ਵਿਖਿਆਤਾ, ਇਹਦੇ ਵਿੱਚ ਜਿੰਨੇ ਚਰਿੱਤਰ ਆਉਂਦੇ, ਜਿੰਨੇ ਇਹਦੇ ਵਿੱਚ ਗੁਣ ਦਰਸਾਏ ਹਨ, ਉਹ ਸਾਰੇ ਦੇ ਸਾਰੇ ਵਿਖਿਆਨ ਕਰਨ ਵਾਲਾ ਬਣ ਜਾਵੇਗਾ, ਚੰਗਾ ਵਕਤਾ ਬਣ ਜਾਵੇਗਾ। ਦੁਸ਼ਟ ਵਿਡਾਰਨ ਦਾਸ ਉਦਾਹਰਣ, ਜਿਵੇਂ ਗੁਰੂ ਸਾਹਿਬ ਨੇ ਦੁਸ਼ਟਾਂ ਦਾ ਨਾਸ ਕੀਤਾ ਹੈ, ਦਾਸਾਂ ਦਾ ਉਧਾਰ ਕੀਤਾ ਹੈ, ਇਵੇਂ ਜਿਹੜੇ ਅੰਦਰ ਸਾਡੇ ਔਗੁਣ ਦੁਸ਼ਟ ਰੂਪ ਅੰਗ ਔਗੁਣ ਬੈਠੇ ਹਨ ਉਹਨਾਂ ਦਾ ਨਾਸ ਹੋ ਜਾਵੇਗਾ, ਬਾਹਰੋਂ ਸਮਾਜ ਦੇ ਵਿੱਚ ਜਿਹੜੇ ਭੈੜੇ ਅੰਸਰ ਨੇ ਉਹਨਾਂ ਨਾਲ ਲੜਨ ਦੀ ਸਮਰੱਥਾ, ਉਹਨਾਂ ਨਾਲ ਨਜਿੱਠਣ ਦੀ ਸਮਰੱਥਾ ਇਹ ਪ੍ਰਾਪਤ ਹੋਵੇਗੀ। ਦਾਸ ਉਦਾਹਰਣ, ਜਿਵੇਂ ਦਾਸਾਂ ਦਾ ਉਧਾਰ ਕੀਤਾ ਹੈ, ਜਿਵੇਂ ਸੰਸਾਰ ਦੇ ਵਿੱਚ ਸਫਲ ਜੀਵਨ ਗੁਰਸਿੱਖਾਂ ਦਾ ਹੋਇਆ, ਉਹ ਗੁਰਸਿੱਖਾਂ ਦਾ ਸਫਲ ਜੀਵਨ ਇਹ ਪ੍ਰਾਪਤ ਹੋਵੇਗਾ। ਇਤਿਹਾਸਕ ਕਿੰਨੇ ਜਿਮ ਕਾਰਨ, ਇਹ ਇਸੇ ਤਰ੍ਹਾਂ ਜਿੰਨੇ ਹੋਰ ਕਾਰਨ ਹਨ, ਇਹ ਸੁਣਿਆ ਸਭ ਤੋਂ ਸਾਰ ਪਛਾਣੈ, ਸਾਰੀ ਕਥਾ ਦਾ ਸਾਰ ਸਰਵਣ ਕਰੇਗਾ, ਸਾਰੇ ਜਿਹੜੇ ਚਰਿੱਤਰ ਦਰਸਾਏ ਹਨ, ਗੁਣ ਦਰਸਾਏ ਹਨ, ਸਾਰ ਰੂਪ ਦੇ ਵਿੱਚ ਪਤਾ ਲੱਗੇਗਾ। ਪੁੰਨ ਉਪਾਅ ਪਾਪ ਗੁਣ ਹਨ, ਸੋ ਪੁੰਨ ਪੈਦਾ ਹੋਣਗੇ ਅਤੇ ਪਾਪ ਨੇ ਇਹਨਾਂ ਦਾ ਸਾਰਿਆਂ ਦਾ ਨਾਸ ਹੋ ਜਾਵੇਗਾ। ਹੋਏ ਚਿਤ ਚੌਕ ਜੋ ਪ੍ਰੇਮੀ ਸਿੱਖ, ਜੋ ਪ੍ਰੇਮੀ ਹਨ ਚਾਅ ਨਾਲ ਸੁਣਨਗੇ, ਪੜ੍ਹੇ ਸਮੇਂ ਅਬ ਕਿਤੋਂ ਕੋ ਵੇਖੇ, ਜਿਹੜੇ ਹੁਣ ਅੱਗੋਂ ਨੂੰ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਥਾ ਸਰਵਣ ਕਰਨਗੇ, ਨਹਿ ਦੁੱਖ ਨੂੰ ਪਿਛਲੇ ਦਾ ਵਿਚਾਰੋ, ਪਾਵਣ ਗੁੰਗਨ ਕੋ ਮਨ ਤਾਰੋ। ਕਹਿੰਦੇ ਮੇਰੇ ਦੋਖ ਹਨ ਜਿਹੜੇ ਇਸ ਗ੍ਰੰਥ ਨੂੰ ਲਿਖਣ ਲੱਗੇ, ਜਿਹੜੇ ਚਿੱਤ ਦੇ ਵਿੱਚ ਜੇ ਤੁਹਾਡੇ ਪੈਦਾ ਹੋ ਜਾਣ ਤਾਂ ਕਿਰਪਾ ਕਰਿਓ ਉਹਨਾਂ ਦੁੱਖਾਂ ਨੂੰ ਨਾ ਵਿਚਾਰਿਓ, ਅਤੇ ਮੇਰੇ ਜਿਹੜੇ ਉਹਨਾਂ ਨੂੰ ਵਿਸਾਰ ਦੇਣਾ, ਸਤਿਗੁਰੂ ਅੱਗੇ ਅਰਦਾਸ ਕਰਨੀ ਕਿ ਮੇਰੇ ਜਿਹੜੇ ਨੇ ਔਗੁਣ ਉਹ ਸਤਿਗੁਰੂ ਮਾਫ ਕਰ ਦੇਣ, ਅਤੇ ਜਿਹੜੇ ਗੁਣ ਪੈਦਾ ਹੋਣਗੇ, ਜਿਹੜੇ ਗੁਣ ਇਤਿਹਾਸ ਨੂੰ ਸੁਣ ਕੇ ਪੈਦਾ ਹੋਣਗੇ, ਜਿਹੜੇ ਗੁਣ ਤੁਸੀਂ ਸਰਵਣ ਕਰੋਗੇ ਗੁਰੂਆਂ ਦੇ, ਉਹਨਾਂ ਗੁਣਾਂ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਨਾ।
ਸੋ ਇੰਨੀ ਨਿਮਰਤਾ ਦੇ ਨਾਲ ਇਸ ਗੁਰਮੁਖ ਨੇ ਇਹ ਸੇਵਾ ਕੀਤੀ ਹੈ। ਅੱਗੇ ਵੀ ਮੈਂ ਆਪ ਨੂੰ ਯਾਦ ਕਰਾਉਂਦਾ ਹਾਂ ਕਿ ਆਪਾਂ ਹਰ ਗ੍ਰੰਥ ਲਿਖਦੇ ਹਾਂ, ਹਰ ਕੰਮ ਕਰਦੇ ਹਾਂ, ਉਹਦੇ 'ਤੇ ਰੋਇਲਟੀ ਲਿਖਦੇ ਹਾਂ ਵੀ ਮੈਨੂੰ ਇਹ ਮੇਰਾ ਲਿਖਿਆ ਹੋਇਆ, ਕੋਈ ਬਿਨਾਂ ਪੁੱਛੇ ਕੋਈ ਕੰਮ ਨਾ ਕਰੇ। ਸਾਰਾ ਗ੍ਰੰਥ ਲਿਖ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਜਾ ਕੇ ਅਰਦਾਸ ਕਰਾ ਦਿੱਤੀ ਵੀ ਜਥੇਦਾਰ ਜੀ ਇਹ ਅਰਦਾਸ ਮਹਾਰਾਜ ਦੇ ਚਰਨਾਂ ਵਿੱਚ ਕਰ ਦੇਣਾ ਕਿ ਇਹ ਮੇਰੀ ਸੇਵਾ ਪ੍ਰਵਾਨ ਕਰ ਲੈਣੀ ਅਤੇ ਘਰ ਆ ਕੇ ਸਰੀਰ ਛੱਡ ਦਿੱਤਾ ਸੀ। ਇੱਡੀ ਵੱਡੀ ਮਹਾਨ ਸੇਵਾ ਹੈ। ਸੋ ਇਸ ਤੋਂ ਉਪਰੰਤ ਦਿੱਲੀ ਦੇ ਵਿੱਚ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਰੀਰ ਤਿਆਗਿਆ ਸੀ, ਮਹਾਨ ਸ਼ਹਾਦਤ ਦਿੱਤੀ ਸੀ, ਸੱਚ ਜ਼ੁਲਮ ਦੇ ਅੱਗੇ ਅੜ ਖਲੋਤੇ ਸਨ। ਜਿਹੜਾ ਧੜ ਸੀ ਉਹਦਾ ਸੰਸਕਾਰ ਦਿੱਲੀ ਦੇ ਵਿੱਚ ਆਪ ਨੇ ਸਰਵਣ ਕੀਤਾ। ਹੁਣ ਕੀਰਤਪੁਰ ਸਾਹਿਬ ਸੀਸ ਆਇਆ, ਸੀਸ ਭਾਈ ਜੈਦਾ ਜੀ ਲੈ ਕੇ ਆਏ ਹਨ, ਉਸ ਤੋਂ ਕਥਾ ਆਰੰਭ ਹੋਵੇਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਉਹ ਆਪਾਂ ਸਰਵਣ ਕਰੀਏ। ਸੋ ਆਪਾਂ ਇਤਿਹਾਸ ਦੇ ਵਿੱਚ ਢਾਡੀ ਜਥੇ ਤੋਂ ਸਰਵਣ ਕੀਤਾ ਬਾਬਾ ਬੰਦੇ ਬਹਾਦਰ ਦੀ, ਉਹ ਮੈਂ ਗੱਲ ਥੋੜ੍ਹੀ ਜਿਹੀ ਸੁਣਾ ਕੇ ਸਮਾਪਤੀ ਕਰਾਂ ਕਿ ਜਦੋਂ ਬਾਬੇ ਬੰਦੇ ਬਹਾਦਰ ਨੂੰ ਪੁੱਛਿਆ ਸੀ ਫਰੁਖਸ਼ੀਅਰ ਨੇ ਬੰਦੇ ਨੂੰ ਕਿਹੋ ਜਿਹੀ ਮੌਤ ਮਾਰਾਂ, ਬਾਬਾ ਜੀ ਕਹਿਣ ਲੱਗੇ ਵੀ ਜਿਹੜੀ ਮੌਤ ਹੈ ਆਪ ਇਹ ਕੋਈ ਉਈ ਗੱਲ ਨਹੀਂ ਸੀ ਕਹੀ, ਉਹਨਾਂ ਨੂੰ ਭਵਿੱਖ ਦੀਦਾ ਸੀ। ਅਤੇ ਫਰੁਖਸ਼ੀਅਰ ਨੇ ਕੋਹ ਕੋਹ ਕੇ ਬਾਬੇ ਬੰਦੇ ਬਹਾਦਰ ਨੂੰ ਸ਼ਹੀਦ ਕਰ ਦਿੱਤਾ। ਅਤੇ ਅੱਗੋਂ ਜਦੋਂ ਫਰੁਖਸ਼ੀਅਰ ਦੀ ਮੌਤ ਆਈ ਨਾ, ਫਰੁਖਸ਼ੀਅਰ ਨੂੰ ਉਹਦੇ ਰਿਸ਼ਤੇਦਾਰਾਂ ਨੇ ਫੜ ਲਿਆ, ਫੜ ਕੇ ਅੱਖਾਂ ਉਹਦੀਆਂ ਕੱਢੀਆਂ ਗਈਆਂ। ਉਹਨੂੰ ਇੱਕ ਰੂੜੀ ਸੀ ਦਿੱਲੀ ਦੇ ਵਿੱਚ, ਰੂੜੀ ਦੇ ਉੱਤੇ ਇੱਕ ਖੰਭਾ ਕੱਢ ਕੇ ਉਹਦੇ ਨਾਲ ਬੰਨ੍ਹ ਦਿੱਤਾ ਗਿਆ, ਗਲ ਦੇ ਵਿੱਚ ਉਹਦੇ ਤੌਕ ਪਾ ਦਿੱਤਾ ਗਿਆ, ਭਾਰਾ ਹੁੰਦਾ ਲੋਹੇ ਦਾ, ਉਹਦੇ ਨਾਲ ਹਿੱਲ ਨਹੀਂ ਸਕਦਾ ਕਿਸੇ ਪਾਸੇ ਨਾਲ ਲੜ ਸਕਦਾ, ਤੌਕ ਪਾ ਕੇ ਉਹਦੇ ਉੱਤੇ ਜਿਹੜਾ ਫਰੁਖਸ਼ੀਅਰ ਸੀ ਰੋਇਆ ਉੱਚੀ ਉੱਚੀ ਗਾਲਾਂ ਕੱਢਦਾ ਰਿਹਾ ਲੋਕਾਂ ਨੂੰ, ਗੰਦੀਆਂ ਗੰਦੀਆਂ ਗਾਲਾਂ ਕੱਢਦਾ ਰਿਹਾ, ਲੋਕ ਲੰਘਦੇ ਜਾਂਦੇ ਉਹਦੇ 'ਤੇ ਇੱਟਾਂ ਮਾਰਦੇ ਰਹੇ। ਅਤੇ ਉੱਥੇ ਹੀ ਉਹ ਮਰਿਆ ਰੂੜੀ ਦੇ ਉੱਤੇ। ਅਤੇ ਮਰੇ ਹੋਏ ਦੀ ਲਾਸ਼ ਲੈ ਕੇ ਜਦ ਉਸਨੂੰ ਦਫਨਾਉਣ ਦੇ ਲਈ ਲੈ ਕੇ ਜਾਂਦੇ ਸਨ, ਲੋਕਾਂ ਨੇ ਜਿਹੜੀ ਮਜਲ ਜਾਂਦੀ ਹੈ ਨਾ ਪਿੱਛੇ, ਉਸ ਮਜਲ ਦੇ ਉੱਤੇ ਇੱਟਾਂ ਮਾਰੀਆਂ। ਅਰਥੀ ਦੀ ਤਾਂ ਇੱਟਾਂ ਵੱਜਣੀਆਂ ਵੱਜਣੀਆਂ ਸੀ, ਲੋਕ ਜਿਹੜੇ ਮਗਰ ਤੁਰ ਰਹੇ ਸੀ ਉਹਦੇ 'ਤੇ ਵੀ ਇੱਟਾਂ ਵੱਜੀਆਂ, ਇਹ ਉਹਦਾ ਹਸ਼ਰ ਹੋਇਆ। ਸੋ ਕਈ ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਜਿਹਨਾਂ ਦੇ ਕਰਮ ਇਹੋ ਜਿਹੇ ਹੁੰਦੇ ਨੇ ਵੀ ਉਹਨਾਂ ਦੀ ਜਿਹੜੀ ਕਬਰ ਹੁੰਦੀ ਹੈ, ਕਬਰ 'ਤੇ ਵੀ ਜੁੱਤੀਆਂ ਪੈਂਦੀਆਂ, ਇਹੋ ਜਿਹਾ ਹਾਲ ਹੋ ਜਾਂਦਾ। ਸੋ ਸਤਿਗੁਰੂ ਮੇਰਾ ਕਰਮ, ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਨਾਂ ਦਾ ਆਪਾਂ ਇਤਿਹਾਸ ਪੜ੍ਹਨਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਨਾਂ ਦੀ ਕਿਰਪਾ ਸਦਕਾ ਆਪਾਂ ਉਹਨਾਂ ਦੀ ਗੋਦ ਵਿੱਚ ਬੈਠੇ ਹਾਂ, ਆਪਣਾ ਇਹ ਸਮਾਂ ਸਫਲਾ ਹੋਵੇ ਅਤੇ ਸਤਿਗੁਰੂ ਦਰ 'ਤੇ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਪੜ੍ਹਿਆ ਲਿਖਿਆ ਸਾਰ ਰੂਪ ਵਿੱਚ ਸਾਡੇ ਹਿਰਦੇ ਅੰਦਰ ਵਸੇ, ਉਹਨਾਂ ਗਲਤੀਆਂ ਦੀ ਖਿਮਾ ਕਰਨੀ। ਆਓ ਫਤਿਹ ਬੁਲਾ ਕੇ ਗੁਰੂਦੇਵ ਦੇ ਚਰਨਾਂ ਦਾ ਸਾਰੇ ਉਲਟਾ ਸਾਹਿਬ ਮੰਗੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।